ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਜੋ ਕਿ ਗੁਰਦੁਆਰਾ ਸਾਹਿਬ ਸ਼੍ਰੀ ਨਾਨਕ ਝੀਰਾ ਬਿਦਰ ਕਰਨਾਟਕ ਤੋਂ ਰਵਾਨਾ ਹੋਇਆ ਸੀ, ਬੀਤੀ ਦੇਰ ਰਾਤ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪਹੁੰਚਿਆ, ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਰਾਤ ਨੂੰ ਇੱਥੇ ਵਿਸ਼ਰਾਮ ਕਰਨ ਉਪਰੰਤ ਸਵੇਰੇ 9:30 ਵਜੇ ਦੇ ਕਰੀਬ ਇਹ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱਚ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਮੌਕੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੁੱਪੇ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਰਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਵੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਸਿਰੁੱਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਬੈਂਡ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਕੱਲ੍ਹ ਰਾਤ ਨਾਨਕ ਝੀਰਾ ਕਰਨਾਟਕਾ ਦੀ ਧਰਤੀ ਤੋਂ ਵਿਦਰ ਤੋਂ ਨਰਕਿਸ਼ ਦੇ ਰੂਪ ਦੇ ਵਿੱਚ ਪੰਜ ਪਾਰਿਆਂ ਦੀ ਰਾਹ ਮੰਗ ਕੇ ਧਰਤੀ ਤੋਂ ਪਹੁੰਚਿਆ ਸੀ। ਰਾਤ ਦਾ ਸਟੇਜ ਤੋਂ ਬਾਅਦ ਅੱਜ ਸੰਗਤਾਂ ਨੇ ਅਗਲੇ ਪੜਾਵਾਂ ਰਵਾਨਾ ਕੀਤਾ ਹੈ। ਮੈਂ ਬਾਬਾ ਗਾਂ ਸਾਹਿਬ ਦੀ ਧਰਤੀ ਤੋਂ ਉਹਨੂੰ ਇਲਾਕਾ ਨਿਵਾਸੀਆਂ ਵੱਲੋਂ ਇੱਥੇ ਪੁੱਜਣ 'ਤੇ ਉਹਨਾਂ ਨੂੰ ਜਿਆ ਆਖਦਾ, ਉਹ ਇਲਾਕੇ ਵੱਲੋਂ ਲੱਖ ਲੱਖ ਵਧਾਈ ਵੀ ਦਿੰਦਾ, ਉਹਨਾਂ ਪ੍ਰਬੰਧਕਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਵੱਖ ਵੱਖ ਇਲਾਕਿਆਂ 'ਚ ਗਏ, ਉੱਥੇ ਗੁਰੂ ਨਾਨਕ ਝੀਰਾ ਦੀ ਪਵਿੱਤਰ ਧਰਤੀ 'ਤੇ ਜਾ ਕੇ ਵੀ ਉਹਨਾਂ ਨੇ ਜੋ ਪੁੱਠੇ ਰਾਹ 'ਤੇ ਲੋਕਾਂ ਨੂੰ ਪਾ ਰਹੇ ਸਨ ਸਿੱਧੇ ਰਾਹ ਪਾ ਕੇ ਉਪਰਾਲਾ ਕੀਤਾ ਹੈ। ਔਰ ਅੱਜ ਉਸ ਧਰਤੀ 'ਤੇ ਜਿੰਨੇ ਵੀ ਗੁਰਸਿੱਖ ਵਸਦੇ ਨੇ ਉਹ ਸਾਰੇ ਜੋ ਸਿੱਖ ਦੇ ਘਰ ਪੈਦਾ ਹੁੰਦਾ ਹੈ, ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਸ ਧਰਤੀ ਦੇ ਸਾਰੇ ਆਪ ਕੇਸ ਕਤਲ ਕਰਾਉਂਦੇ ਨੇ, ਉਹਨਾਂ ਦੇ ਬੱਚੇ ਵੀ ਗੁਰਸਿੱਖ ਨੇ। ਇਸ ਗੱਲ ਦੀ ਵੀ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਆਉਣ ਵਾਲੇ ਸਮੇਂ 'ਚ ਜੋ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਨੌਵੀਂ ਦੀ ਧਰਤੀ 'ਤੇ ਆ ਰਿਹਾ ਹੈ, ਸੁਲਤਾਨਪੁਰ ਧਰਤੀ 'ਤੇ ਆਪਾਂ ਭਾਰਤ ਦੇ ਬਣਾ ਰਹੇ ਹਾਂ, ਜਨਮ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਇਆ ਹੈ ਔਰ 14 ਸਾਲ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਉਹਨਾਂ ਨੇ ਬਤੀਤ ਕੀਤੇ। ਆਪਾਂ ਵਰਲਡ ਵਾਲੇ ਜਿਹੜੇ ਆ ਪੂਰੀ ਦੁਨੀਆ ਵਾਲੇ ਇੱਥੇ ਨਵੰਬਰ ਦੀ ਧਰਤੀ 'ਤੇ ਮਨਾ ਰਹੇ ਹਾਂ ਵਿਸ਼ਵ ਪੱਧਰ 'ਤੇ। ਉਹ ਮੈਂ ਲੱਖ ਲੱਖ ਵਧਾਈ ਦਿੰਦਾ ਆਪਣੀਆਂ ਸੰਗਤਾਂ ਨੂੰ ਔਰ ਬੇਨਤੀ ਕਰਦਾ ਕਿ ਆਓ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ 'ਤੇ ਚੱਲੀਏ, ਸਭੇ ਸਾਂਝੀ ਆਵਾਜ਼ ਸੁਣਾਏ, ਕੋਈ ਨਾ ਦਿਸੇ ਮਹਾਰਾਜੀ ਦੇ ਉਪਦੇਸ਼ ਨੂੰ ਚੱਲਦਿਆਂ ਊਚ ਨੀਚ ਨੂੰ ਖਤਮ ਕਰਦਿਆਂ ਹੋਇਆ ਗੁਰਸਿੱਖੀ ਦਾ ਸਫ਼ਰ ਅੱਗੇ ਵਧਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।